ਸਿੱਧੂ ਮੂਸੇਵਾਲੇ ਦੀ ਹਵੇਲੀ ਅੱਜ ਵੱਡੀ ਖੁਸ਼ਖਬਰੀ ਆਈ ਹੈ। ਛੋਟੇ ਸਿੱਧੂ ਨੇ ਅੱਜ ਸੁਬਾ ਜਨਮ ਲਿਆ ਤਾਂ ਵਧਾਈ ਦੇਣ ਵਾਲਿਆਂ ਦਾ ਧੰਤਾ ਲੱਗ ਰਿਹਾ। ਸਿੱਧੂ ਮੂਸੇਵਾਲੇ ਦੇ ਫੈਨਸ ਦੇ ਵਿੱਚ ਵੱਡੀ ਖੁਸ਼ੀ ਹੈ। ਸਿੱਧੂ ਮੂਸੇਵਾਲੇ ਦੀ ਸਮਾਰਕ 'ਤੇ ਖੜ੍ਹੇ ਹਾਂ, ਲੋਕ ਦੂਰ ਦਰਾਜ ਤੋਂ ਆ ਕੇ ਸਿੱਧੂ ਮੂਸੇਵਾਲੇ ਦੀ ਖੁਸ਼ੀ ਦੇ ਵਿੱਚ ਖੁਸ਼ ਜਿਹੜੇ ਵਧਾਈ ਦੇ ਰਹੇ ਹੈ। ਸਾਡੇ ਨਾਲ ਇੱਥੋਂ ਕੁਛ ਆਏ ਹੈ ਬਾਈ ਸਮਾਰਕ 'ਤੇ, ਉਹਨਾਂ ਨਾਲ ਗੱਲ ਕਰਦੇ ਹਾਂ। ਬਾਈ ਜੀ, ਕਿੰਨੀ ਕੁ ਖੁਸ਼ੀ ਹੈ ਛੋਟਾ ਸਿੱਧੂ ਨੇ ਅੱਜ ਜਨਮ ਲਿਆ? ਬਹੁਤ ਖੁਸ਼ੀ ਹੋ ਰਹੀ ਸਾਨੂੰ। ਆਪਾਂ ਚਲੋ ਇੱਦਾਂ ਰੈਂਡਮਲੀ ਪ੍ਰੋਗਰਾਮ ਬਣਾਇਆ ਸੀ ਇੱਥੇ ਆਉਂਦਾ, ਪਰ ਰਸਤੇ ਸਾਨੂੰ ਪਤਾ ਲੱਗਿਆ ਜਿੱਦਾਂ ਕਿ ਅੱਜ ਇਹਨਾਂ ਘਰ ਖੁਸ਼ੀ ਆਈ। ਬਹੁਤ ਵਧੀਆ ਗੱਲ ਆਈ, ਸਾਰੇ ਬਹੁਤ ਖੁਸ਼ ਆ, ਸਾਰੇ ਫੈਨ ਕਾਫੀ ਆ ਰਹੇ। ਲੱਡੂ ਬਣ ਰਹੇ ਇੱਥੇ, ਖਾਧੇ ਲੱਡੂ ਤੁਸੀਂ? ਤੁਸੀਂ ਕਿੱਥੋਂ ਆਏ? ਅਸੀਂ ਸਰ ਅੰਮ੍ਰਿਤਸਰ ਤੋਂ ਆਏ ਜੀ। ਪਹਿਲਾਂ ਪਤਾ ਸੀ ਜਾਂ ਉਰੇ ਆ ਕੇ ਪਤਾ? ਨਹੀਂ, ਇੱਥੇ ਆ ਕੇ ਪਤਾ ਲੱਗਾ। ਰਸਤੇ 'ਚ ਜਿੱਦਾਂ ਸਟੋਰੀਆਂ ਦੇਖੀਆਂ ਇੰਸਟਾਗ੍ਰਾਮ 'ਤੇ, ਅਤੇ ਪਹਿਲਾਂ ਤਾਂ ਫੇਕ ਨਿਊਜ਼ ਵੀ ਬੜੀਆਂ ਵਾਇਰਲ ਹੋਈਆਂ ਇਹਨਾਂ ਦੀਆਂ, ਅਤੇ ਅੱਜ ਉਹਨਾਂ ਦੇ ਸ਼ਾਇਦ ਪਾਪਾ ਨੇ ਵੀ ਆਪਣਾ ਪੋਸਟ ਸ਼ੋਅ ਕੀਤਾ ਸੀਗਾ, ਅਤੇ ਉਹ ਤੋਂ ਸਾਨੂੰ ਪਤਾ ਲੱਗਾ ਅਤੇ ਚਲੋ ਵਧੀਆ ਹੋ ਗਿਆ। ਇੱਥੇ ਆ ਕੇ ਵਿਖਾ ਲੱਡੂ ਵੰਡਦੇ ਪਏ ਸੀਗੇ, ਫਿਰ ਮੇਰੇ ਕਨਫਰਮ ਹੋ ਗਿਆ ਕਿ ਆਪਣਾ ਸੱਚੀ ਉਹਨਾਂ ਘਰ ਖੁਸ਼ੀਆਂ ਆ ਗਈਆਂ, ਅਤੇ ਬਹੁਤ ਵਧੀਆ ਲੱਗ ਰਿਹਾ ਜੀ। ਹੁਣ ਜਾਵਾਂਗੇ ਨਾ ਹਵੇਲੀ ਵੇਖ ਕੇ ਆਵਾਂਗੇ ਅੱਗੇ, ਜੇ ਅੰਦਰ ਐਂਟਰੀ ਹੋਈ। ਮੈਡਮ ਕੀ ਕਹੋਗੇ, ਕਰੋੜਾਂ ਲੋਕ ਦੁਆ ਕਰ ਰਹੇ ਸੀਗੇ? ਹਾਂਜੀ, ਬਹੁਤ ਖੁਸ਼ੀ ਹੋਈ ਸਾਨੂੰ, ਬਹੁਤ ਜ਼ਿਆਦਾ ਖੁਸ਼ੀ ਹੋਈ ਕਿ ਦੁਬਾਰਾ ਉਹਨਾਂ ਦੇ ਘਰ ਦੇ ਵਿੱਚ ਖੁਸ਼ੀਆਂ ਆਉਣਗੀਆਂ, ਇੱਕ ਮਾਂ ਨੂੰ ਖੁਸ਼ੀ ਮਿਲੂਗੀ। ਬੜੇ ਦਿਲਾਂ ਤੋਂ ਦੁਆਵਾਂ ਨੇ ਉਹਨਾਂ ਦੇ ਨਾਲ, ਅਤੇ ਬੜੀ ਖੁਸ਼ੀ ਹੋਈ ਸਾਨੂੰ। ਬਾਈ ਜੀ, ਕਿੱਥੋਂ ਆਏ ਹੋ ਤੁਸੀਂ? ਅੰਮ੍ਰਿਤਸਰ ਤੋਂ ਆਏ ਹਾਂ। ਅੱਛਾ, ਕੀ ਲੱਗਦਾ ਹੁਣ ਛੋਟਾ ਸਿੱਧੂ ਹੈ ਜਿਹੜਾ ਪੈਦਾ ਹੋ ਗਿਆ, ਕਿ ਸਿੱਧੂ ਵਾਂਗੂ ਨਾਮ ਕਰੂਗਾ? ਬਿਲਕੁਲ ਬਿਲਕੁਲ ਜੀ, ਨਾਮ ਤਾਂ ਹੋ ਗਿਆ, ਕਿ ਨਾਮ ਤਾਂ ਹੋ ਗਿਆ। ਚਲੋ ਵਾਹਿਗੁਰੂ ਮਿਹਰ ਕਰੇ, ਖੁਸ਼ੀਆਂ ਮਿਲੇ ਉਹਨਾਂ ਦੇ ਪਰਿਵਾਰ ਨੂੰ। ਬਹੁਤ ਵਧੀਆ, ਬਹੁਤ ਵਧੀਆ ਲੱਗਾ ਸਾਨੂੰ। ਬਿਲਕੁਲ, ਕੀ ਕਹੋਗੇ ਵੀਰ ਜੀ, ਤੁਸੀਂ ਸਿੱਧੂ ਦੀ ਸਮਾਰਕ 'ਤੇ ਆਏ ਹੋ, ਵੱਡੀ ਖੁਸ਼ੀ ਹੈ ਜਿਹੜੀ ਸਿੱਧੂ ਦੇ ਫੈਨ? ਪਹਿਲਾਂ ਤਾਂ ਬਹੁਤ ਮਾੜੀ ਗੱਲ ਹੋਈ ਆ ਜਿਹੜੀ, ਹੁਣ ਚਲੋ ਵੀ ਹੁਣ ਉਸ ਤੋਂ ਵੀ ਜ਼ਿਆਦਾ ਨਾਮ ਹੋਏਗਾ। ਮੈਂ ਫੈਮਿਲੀ ਨੂੰ ਮੁਬਾਰਕ ਬਹੁਤ ਬਹੁਤ ਨਵੇਂ ਜਨਮ ਦੀ, ਅਤੇ ਕਾਫੀ ਉਸ ਤੋਂ ਵੀ ਜ਼ਿਆਦਾ ਚੱਲੇਗਾ ਇਹ ਬੱਚਾ। ਪਹਿਲਾਂ ਮਾਂ ਪਿਓ ਸਿੱਧੂ ਦੇ ਇਨਸਾਫ ਦੇ ਲਈ ਲੜਾਈ ਲੜ ਰਹੇ ਸੀਗੇ, ਹੁਣ ਕਿਤੇ ਇੱਕ ਛੋਟੀ ਖੁਸ਼ੀ ਆਈ ਹੈ, ਉਸ ਨੂੰ ਲੈ ਕੇ ਕਿਸ ਤਰ੍ਹਾਂ ਦਾ ਮਾਹੌਲ ਹੈ ਜਿਹੜਾ ਤੁਸੀਂ ਦੇਖਿਆ? ਮਾਹੌਲ ਤਾਂ ਚਲੋ ਸਾਹਮਣੇ ਹੀ ਆ ਤੁਹਾਡੇ, ਜੋ ਵੀ ਦੇਖ ਰਹੇ ਹਾਂ ਆਪਾਂ, ਅਤੇ ਬਟ ਜੋ ਪਹਿਲਾਂ ਹੋਇਆ ਚੰਗਾ ਨਹੀਂ ਸੀ ਹੋਇਆ, ਅਤੇ ਚਲੋ ਆਉਣ ਵਾਲੇ ਸਮੇਂ ਦੇ ਵਿੱਚ ਵਧੀਆ ਹੋਏਗਾ, ਅਤੇ ਵਧੀਆ ਗੱਲ ਆ। ਬਿਲਕੁਲ ਵਧੀਆ ਹੋਵੇਗਾ, ਕਿਉਂਕਿ ਸਿੱਧੂ ਮੂਸੇਵਾਲੇ ਦੇ ਘਰ ਫਿਰ ਤੋਂ ਖੁਸ਼ੀਆਂ ਦੀ ਕਿਲਕਾਰੀ ਹੈ ਜਿਹੜੀ ਗੂੰਜੀ ਹੈ, ਅਤੇ ਲਗਾਤਾਰ ਲੋਕ ਲੱਡੂ ਵੀ ਬਣ ਰਹੇ ਸੀ ਅਤੇ ਖੁਸ਼ੀਆਂ ਮਨਾ ਰਹੇ ਹੈ, ਅਤੇ ਕਹਿ ਰਹੇ ਹੈ ਕਿ ਇਹ ਬੱਚਾ ਹੈ ਜਿਹੜਾ ਇਹ ਸਿੱਧੂ ਤੋਂ ਵੀ ਵੱਡਾ ਨਾਮ ਹੈ ਜਿਹੜਾ ਰੋਸ਼ਨ ਕਰੇਗਾ। ਬਲਦੇਵ ਸ਼ਰਮਾ, ਨਿਊਜ਼ 18, ਮੂਸਾ, ਮਾਨਸਾ।